ਜੁੜਨਾ ਹੈ ਜਿਹੜਾ ਇਹ ਏਡਾ ਉੱਤਮ ਹੈ ਜੀ ਪ੍ਰਾਣ ਦੇ ਕੇ ਵੀ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਵੇ ਨਾ ਫਿਰ
ਇਹ ਬਿਆਨ ਕਰਦੇ ਹਨ ਕਿ ਕੀ ਕੁਝ ਪ੍ਰਾਪਤ ਹੁੰਦਾ ਹੈ ਜੇ ਹਰੀ ਦੇ ਜਨ ਨਾਲ ਜੁੜ ਜਾਵੇ, ਵਾਹਿਗੁਰੂ ਨਾਲ ਜੁੜ ਜਾਵੇ। ਮਨ ਤਨ ਨਿਰਮਲ ਕਰਤ ਕਿਆਰੋ ਹਰ ਸੁਚੈ ਸੁਧਾ ਸੰਜੋਰ। ਮਨਾ ਨਿਰਮਲ ਮਨ ਅਰਤਾਂ ਹੈ ਜਿਹੜਾ ਇਹ ਨਿਰਮਲ ਕਿਆਰੇ ਵਰਗਾ ਹੋ ਜਾਵੇ, ਜਿਵੇਂ ਕਿਆਰੇ ਨੂੰ ਪਾਸੇ ਪਾਣੀ ਕੱਢਦੇ ਤਾਂ ਸਾਰਾ ਨਿਰਮਲ ਭਰ ਜਾਂਦਾ। ਅਤੇ ਜੇ ਮਨ ਤਨ ਵਾਹਿਗੁਰੂ ਦੇ ਅਰਪਣ ਕਰ ਦੇਈਏ ਤਾਂ ਉਹ ਸੁਧਾ ਸੁਧਾ ਕਹਿੰਦੇ ਅੰਮ੍ਰਿਤ ਨੂੰ, ਅੰਮ੍ਰਿਤ ਦੇ ਨਾਲ ਮਨ ਤਨ ਨੂੰ ਸਿੰਜ ਦਿੰਦਾ। ਪਿਆਸ ਮੈਂ ਮਨ ਹੋ ਕਿਰਪਾ ਤੇ ਮਹਾਂ ਵਿਦਿਆ ਤੇ ਤੋਰ। ਇਸ ਰਸਤੇ ਵਿੱਚ ਨਾਮ ਰਸਤੇ ਵਿੱਚ ਸੱਚ ਵਾਲੇ ਪਾਸੇ ਕੋਈ ਕਿਰਪਾ ਦੇ ਨਾਲ ਵਾਹਿਗੁਰੂ ਕਿਰਪਾ ਦੇ ਨਾਲ ਜੁੜਦਾ। ਨਾਮ ਦਾ ਰਸ ਹਰੇਕ ਚੀਜ਼ ਦਾ ਸਾਧਸੰਗਤ ਰਸ ਹੈ, ਬਾਣੀ ਦਾ ਰਸ ਹੈ, ਆਪਾਂ ਨਾਮ ਨੂੰ ਪੜ੍ਹਦੇ ਉਹਨਾਂ ਦਾ ਰਸ ਹੈ। ਉਹ ਟੈਲੀਵਿਜ਼ਨ ਦੇਖਦੇ ਹਾਂ, ਇੰਟਰਨੈਟ 'ਤੇ ਜਾਂਦੇ, ਹਰੇਕ ਚੀਜ਼ ਦੇ ਵਿੱਚ ਰਸ ਹੈ। ਬਾਣੀ ਦੇ ਵਿੱਚ ਭਾਈਚਾਰਾ ਰਸ, ਬਾਣੀ ਦੇ ਵਿੱਚ ਮਹਾਰਾਜ ਕਹਿੰਦੇ ਨੇ ਬਹੁਤ ਰਸ ਮਿੱਠਾ ਹੈ। ਔਰ ਇਹ ਜੇ ਕਿਰਪਾ ਹੋਵੇ, ਜੇ ਕਿਰਪਾ ਦਾ ਪਾਤਰ ਹੋਵੇ, ਦੋਵੇਂ ਹੱਥ ਜੋੜ ਕੇ ਬੇਨਤੀ ਕਰੇ, ਇਹਦੇ ਵਿੱਚ ਵੀ ਐਸਾ ਰਸ ਹੈ। ਜੇ ਰਸ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ, ਫਿਰ ਅੱਗੇ ਦਇਆ ਕਰਦੇ ਨੇ ਮਹਾਂ ਵਿਦਿਆ ਤੇ ਤੋਰ। ਮਹਾਂ ਵਿਦਿਆ ਕੀ ਹੈ? ਜਿਹੜੀ ਕਾਮ ਕ੍ਰੋਧ ਲੋਭ ਮੋਹ ਕਾਰਨ ਜ਼ਹਿਰ ਕੱਢਦੀ ਜਾਂਦੀ ਹੈ। ਦੇਖੋ ਇੱਕ ਹੁੰਦਾ ਹੈ ਯੋਧਾ, ਇੱਕ ਹੁੰਦਾ ਸੂਰਮਾ, ਇੱਕ ਹੁੰਦਾ ਰਥੀ, ਇੱਕ ਹੁੰਦਾ ਮਹਾਰਥੀ, ਉਹਦਾ ਬਲੀ ਹੁੰਦਾ ਮਹਾਬਲੀ। ਬਲੀ ਹੁੰਦਾ ਜਿਹੜਾ ਹਜ਼ਾਰ ਨਾਲ ਲੜ ਸਕੇ, ਮਹਾਬਲੀ ਜਿਹੜਾ ਦਸ ਦਸ ਹਜ਼ਾਰ ਨਾਲ, ਵੀਹ ਹਜ਼ਾਰ ਨਾਲ ਲੜਨ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਬਾਣੀ ਦੇ ਵਿੱਚ ਕਿ ਮਹਾਬਲੀ ਨੇ ਜਿਹੜੇ ਪੰਜੇ ਬੰਦੇ ਮਹਾਬਲੀ ਸੱਚਾ ਢੋਆ ਕਾਮ ਕ੍ਰੋਧ ਲੋਭ ਮੋਹ ਕਾਰਨ ਮਹਾਰਾਜ ਨੇ ਮਹਾਬਲੀ ਲਿਖਿਆ। ਇਹ ਇੱਕ ਨਾਲ ਨਹੀਂ ਲੜਦੇ, ਸਾਰੀ ਦੁਨੀਆਂ ਜਿਹੜੀ ਸਾਰੀ ਧਰਤੀ ਹੈ ਕਾਮ ਸਾਰਿਆਂ ਨਾਲ ਲੜਦਾ, ਇਸ ਕਰਕੇ ਮਹਾਬਲੀ ਜਿਹੜੇ ਸਾਰੇ ਹਾਰਜਾ ਦੇ ਕੋਈ ਇਹਦੇ ਉੱਤੇ ਜਿੱਤਦਾ, ਸਭ ਨੂੰ ਝੁਕਾਉਂਦੇ। ਵੱਡੇ ਵੱਡੇ ਬਾਦਸ਼ਾਹ, ਸਰਕਾਰਾਂ ਦੇ ਵੱਡੇ ਵੱਡੇ ਧਨੀ, ਵੱਡੇ ਵੱਡੇ ਜੋਗੀ, ਵੱਡੇ ਵੱਡੇ ਜਤੀ, ਸਾਰਿਆਂ ਦੀ ਗੱਲ ਨੂੰ ਰੋਕ ਦਿੰਦਾ, ਸਾਰਿਆਂ ਨੂੰ ਬੇਇੱਜ਼ਤ ਕਰਦਾ। ਹਜ਼ੂਰ ਕਹਿੰਦੇ ਨੇ ਪੰਜੇ ਬੱਧੇ ਮਹਾਬਲੀ ਕਰ ਸੱਚਾ ਢੋਆ। ਜੇ ਸੱਚਾ ਆਸਰਾ ਕੋਈ ਕਰ ਲਵੇ ਤਾਂ ਪੰਜਾਂ ਨੂੰ ਬੰਨ ਲੈਂਦਾ, ਨਹੀਂ ਇਹ ਸਾਰਿਆਂ ਨੂੰ ਢਾਈ ਲੈਂਦੇ, ਸਾਰਿਆਂ ਨੂੰ ਮਾਰ ਦਿੰਦੇ। ਇੱਥੇ ਸਤਿਗੁਰੂ ਜੀ ਦਇਆ ਕਰਦੇ ਨੇ ਆਸ ਮੈਂ ਬੰਨਣ ਹੋ ਕਿਰਪਾ ਤੇ ਮਹਾਂ ਵਿਖਿਆ ਤੇ ਤੋਰ। ਇਹਨਾਂ ਦੀ ਜਿਹੜੀ ਜ਼ਹਿਰ ਹੈ ਵਿਖਿਆ ਗਈ, ਇਹਨਾਂ ਦੀ ਛੱਡੀ ਹੋਈ, ਇਸ ਵਿਖਿਆ ਰਸ ਤੋਂ ਗੁਰੂ ਦੀ ਕਿਰਪਾ ਨਾਲ ਟੁੱਟ ਜਾਂਦਾ ਹੈ ਬੰਦਾ। ਮਹਾਰਾਜ ਤੋੜ ਲੈਂਦੇ ਨੇ, ਬਚਾ ਲੈਂਦੇ ਨੇ ਇਹਨਾਂ ਤੋਂ। ਭਗਤ ਅਰਦਾਸ ਜੀ ਦਾ ਆਪਾਂ ਦਿਨ ਮਨਾ ਰਹੇ ਹਾਂ, ਉਸ ਮਹਾਂਪੁਰਖ ਦਾ ਜਿਹਨਾਂ ਨੂੰ ਗੁਰੂ ਸਾਹਿਬ ਜੀ ਨੇ ਬਾਣੀ ਦੇ ਵਿੱਚ ਬਾਣੀ ਭਗਤ ਅਰਦਾਸ ਜੀ ਕੀ ਕਰਕੇ ਲਿਖਿਆ। ਇਹ ਅੱਜ ਵੀ ਸਾਡਾ ਦੁਕਾਨ ਹੈ ਕਿ ਕਈਆਂ ਨੂੰ ਚੌਥੇ ਪੌੜੇ ਦੇ ਕਹਿਣ ਵੀ, ਕਈਆਂ ਨੂੰ ਹਜੇ ਵੀ ਜਾਤ ਦਾ ਅਪਮਾਨ ਕਰਕੇ, ਇਹਨਾਂ ਨੂੰ ਮਾੜਾ ਕਰਕੇ ਛੱਡਣਗੇ। ਜਿਹੜੇ ਆਦਮੀ ਇਹੋ ਜਿਹੇ ਹਨ, ਅਜੇ ਵੀ ਗੁਰਦੁਆਰੇ ਦੇ ਅੰਦਰ ਕਿਸੇ ਨੂੰ ਨਫ਼ਰਤ ਦੀ ਨਿਗਾਹ ਦੇ ਨਾਲ ਦੇਖਦੇ ਹਨ, ਉਹ ਗੁਰੂ ਦੀ ਖੁਸ਼ੀ ਨੂੰ ਪ੍ਰਾਪਤ ਕਰ ਸਕਦੇ। ਉਹਨਾਂ ਤੱਕ ਧਰਦੇ ਕੜਾਹੇ ਪਏ ਨੇ ਗੁਰੂ ਨਿੰਦਿਆ ਕਰਕੇ। ਗੁਰੂ ਦੀ ਨਿੰਦਿਆ ਜਿਹੜਾ ਕਰ ਬੈਠਿਆ ਨਾ, ਉਹ ਇਸ ਧਰਤੀ 'ਤੇ ਕੀ ਸੁੱਖ ਪਾਉਣਾ, ਉਹਨੇ ਅਗਲੇ ਜਨਮ ਦੇ ਵਿੱਚ ਵੀ ਉਹ ਸੁੱਖ ਪ੍ਰਾਪਤ ਨਹੀਂ ਹੋਣਾ, ਜਨਮਾਂ ਜਨਮਾਂ ਦਾ ਗੇੜ ਪੈ ਜਾਣਾ। ਸੋ ਜਿਹਨਾਂ ਨੂੰ ਧੱਕ ਕੇ ਬਾਹਰ, ਘਰ ਤੋਂ ਬਾਹਰ ਬਿਠਾਏ ਜਾਂਦੇ, ਜੋੜਿਆਂ ਦੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਸਾਡੇ ਸਿਰ ਦੇ ਤਾਜ ਬਣਾਇਆ ਹੈ, ਜਿਹਨਾਂ ਨੂੰ ਤੋਏ ਤੋਏ ਕੀਤੀ ਜਾਂਦੀ ਸੀ, ਉਹਨਾਂ ਨੂੰ ਬਾਣੀ ਦੇ ਵਿੱਚ ਲਿਖਿਆ ਬਾਣੀ ਭਗਤ ਅਰਦਾਸ ਜੀਓ ਕੀ। ਇਹਨਾਂ ਮਾਣ ਦਿੱਤਾ ਹੈ, ਇਹਨਾਂ ਸਤਿਕਾਰ ਦਿੱਤਾ ਹੈ। ਭਾਈ ਗੁਰਦਿੱਤ ਸਿੰਘ ਆਪਣੇ ਪੰਥ ਦੇ ਵਿੱਚ ਹੋਏ ਨੇ, ਉਹ ਇਹ ਦੁਕਾਨ ਹੈ ਸਾਡੇ ਪੰਥ ਦੇ ਵਿੱਚ, ਅਜੇ ਵੀ ਜਿਹੜੇ ਵੱਡੇ ਵੱਡੇ ਲੀਡਰ ਮੋਹਰੇ ਬਣੇ ਹੋਏ ਨੇ ਨਾ, ਉਹਨਾਂ ਦਾ ਲੈਕਚਰ ਸੁਣਨ ਖਾਤਰ, ਇੰਨਾ ਸੋਹਣਾ ਕਥਾ ਕਰ ਦਿੰਦੇ ਸੀ, ਲੈਕਚਰ ਸੁਣਨ ਖਾਤਰ ਸਾਰੇ ਪੰਥ ਦੇ ਵਿੱਚ ਬੈਠ ਗਿਆ ਕਰ ਵੱਡੇ ਵੱਡੇ ਲੀਡਰਾਂ ਨੇ। ਪਰ ਜਦ ਦੇਗਵਾਤਰ ਦਾ ਰੌਲਾ ਵੇਲਾ ਆਇਆ ਕਰ, ਉਹਨਾਂ ਕਹਿੰਦਾ ਭਾਈ ਸਾਹਿਬ ਤੁਸੀਂ ਜੋੜਿਆਂ ਦੇ ਵਿੱਚ ਬਹਿ ਕੇ ਜਾ, ਕਿਉਂਕਿ ਤੁਸੀਂ ਨਹੀਂ ਕੀ ਜਾ। ਅਤੇ ਇੱਕ ਵਾਰ ਅੰਮ੍ਰਿਤਸਰ ਦੇ ਵਿੱਚ ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਸਤਗਾਣੇ ਵਾਲੇ ਆ ਗਏ, ਉਹਨਾਂ ਨੂੰ ਸੱਦਿਆ ਸੀ ਮੁੱਖ ਮਹਿਮਾਨ ਦੇ ਤੌਰ 'ਤੇ ਮਹਾਂਪੁਰਖਾਂ ਨੂੰ। ਅਤੇ ਜਦੋਂ ਭਾਈ ਦਿੱਤ ਸਿੰਘ ਨੂੰ ਬੈਠਿਆਂ ਨੂੰ ਦੇਖਿਆ, ਜੋੜਿਆਂ ਦੇ ਵਿੱਚ ਬੈਠਿਆਂ ਨੂੰ ਦੇਖਿਆ, ਕਹਿੰਦੇ ਦਿੱਤ ਸਿੰਘ ਤੂੰ ਇੱਥੇ ਬੈਠਾ? ਕਹਿੰਦਾ ਮਹਾਰਾਜ ਮੈਨੂੰ ਅੰਦਰ ਜਾਣ ਦਾ ਹੁਕਮ। ਕਹਿੰਦੇ ਉਸ ਵੇਲੇ ਇਹ ਲਿਖਤ ਡਾਕੂਮੈਂਟ ਲਿਖਤ ਆਇਆ, ਕਹਿੰਦੇ ਮਹਾਂਪੁਰਖ ਬਾਬਾ ਅਤਰ ਸਿੰਘ ਦੇ ਅੱਖਾਂ 'ਚੋਂ ਪੜ੍ਹ ਪੜ੍ਹ ਹੰਝੂ ਚੱਲਣ ਨੂੰ ਮੇਰੇ ਪੰਥ ਦਾ ਕੀ ਹੋਵੇ। ਏਡੇ ਵਿਦਵਾਨ, ਏਡੇ ਮਹਾਂਪੁਰਖ, ਏਡੇ ਸਾਧੂ ਸੁਭਾਅ ਆਦਮੀ ਨੂੰ ਨੀਵਾ ਕਹਿ ਕੇ ਛੱਡਿਆ, ਜੋੜਿਆਂ ਦੇ ਵਿੱਚ ਬਿਠਾ ਦਿੱਤਾ, ਅਤੇ ਹੁਣ ਉਹਦੀ ਸੁਣਾ ਉਹਦੇ ਹਿਰਦੇ, ਉਹਦੇ ਹਿਰਦੇ ਦੇ ਵਿੱਚ ਕੀ ਵਰਤਦੀ ਸੀ। ਉਹਨੂੰ ਪੁੱਛਿਆ ਭਾਈ ਦਿੱਤ ਸਿੰਘ ਨੂੰ, ਦਿੱਤ ਸਿੰਘ ਤੈਨੂੰ ਜੋੜਿਆਂ ਦੇ ਵਿੱਚ ਬਿਠਾ ਦਿੱਤਾ,
ਤੇ ਤੈਨੂੰ ਗੁੱਸਾ ਨਹੀਂ ਆਉਂਦਾ। ਦੇਖੋ ਕਿੰਨੀ ਨਿਮਰਤਾ ਉਸ ਗੁਰੂ ਦੇ ਅੰਦਰ, ਕਹਿੰਦਾ ਅੱਜ ਤਾਂ ਮੈਨੂੰ ਜੁੜਿਆ ਦੇ ਵਿੱਚ ਬਿਠਾਇਆ, ਮੈਨੂੰ ਗੁੱਸਾ ਕੀ ਹੋਣਾ ਜੇ ਮੈਨੂੰ ਕਹਿ ਦੇ ਤੂੰ ਜੁੱਤੀਆਂ ਜਿਹੜੀਆਂ ਨੇ ਸੰਗਤ ਦੀਆਂ ਸਾਧ ਸੰਗਤ ਦੀਆਂ ਇਹਨਾਂ ਦੇ ਵਿੱਚ ਪਾ ਕੇ ਲੰਗਰ ਛੱਡ ਲਾ, ਮੈਂ ਤਾਂ ਦੇ ਵੀ ਗੁੱਸਾ ਨਾ। ਇੰਨੀ ਨਿਮਰਤਾ ਉਹਦੇ ਅੰਦਰ, ਇੰਨੀ ਨਿਮਰਤਾ ਉਹਦੇ ਅੰਦਰ। ਸੋ ਉਸ ਭਗਤ ਅਰਦਾਸ ਜੀ ਦੀ ਬਾਣੀ ਸਤਿਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਚੀ ਹੈ, ਉਸ ਭਗਤ ਅਰਦਾਸ ਜੀ ਦੇ ਪਵਿੱਤਰ ਵਚਨ ਨੇ। ਉਹ ਕਹਿੰਦੇ ਨੇ ਮਾਧੋ ਵਿਵੇਕ, ਮਾਧੋ ਅਵਿਦਿਆ ਹਿਤਕੀਨ ਵਿਵੇਕ ਦੀ ਮੁਨੀ। ਇਹ ਮਾਧੋ ਹੇ ਵਾਹਿਗੁਰੂ, ਜੀਵ ਧਰਤੀ ਦੇ ਜੀਵਾਂ ਨੇ ਅਵਿਦਿਆ ਨਾਲ, ਪਾਪ ਨਾਲ, ਅਗਿਆਨਤਾ ਨਾਲ, ਨਸ਼ਿਆਂ ਨਾਲ ਪਿਆਰ ਕਰ ਲਿਆ, ਜਿਸ ਕਰਕੇ ਜਿਹੜਾ ਵਿਵੇਕ ਦਾ ਦੀਵਾ ਹੈ, ਜਿਹਨੇ ਚਾਨਣ ਕਰਨਾ ਨਾ ਮਨ ਦੇ ਵਿੱਚ, ਉਹ ਦੀਵਾ ਬੁਝ ਗਿਆ। ਦੱਸਣਾ ਸੰਸਾਰ ਦੀਆਂ ਬੱਤੀਆਂ ਨੇ ਜਿਹੜੀਆਂ ਚਾਨਣ ਕਰਨ ਵਾਲੀਆਂ ਗਿਆਨ ਦੀਆਂ, ਉਹ ਬੁਝੀਆਂ ਨੇ। ਅਤੇ ਪੁੱਛਿਆ ਮਹਾਰਾਜ ਕਿਵੇਂ, ਕਹਿੰਦੇ ਦੇਖ ਮ੍ਰਿਗ, ਮੀਨ, ਭ੍ਰਿੰਗ, ਪਤੰਗ, ਕੁੰਚਲ, ਚਾਰ ਜਾਨਵਰ ਮਿਲਦੇ ਹਨ। ਮ੍ਰਿਗ ਹਿਰਨ, ਮੀਨ ਮੱਛੀ, ਭ੍ਰਿਗ ਜਿਹੜਾ ਭੌਰਾ ਹੁੰਦਾ, ਕੁੰਚਲ ਹਾਥੀ, ਮ੍ਰਿਗ ਮੀਨ ਪਤੰਗ ਪਤੰਗਾ ਜਿਹੜਾ ਰੋਸ਼ਨੀ 'ਤੇ ਜਾਂਦਾ, ਇਹ ਪੰਜ ਚੀਜ਼ਾਂ ਨੇ। ਮੀਨ ਮੀਨ ਮ੍ਰਿਗ ਭ੍ਰਿੰਗ ਪਤੰਗ ਕੁੰਚਲ, ਇਹ ਲੋਕ ਵਿਕਾਰ। ਹਰ ਨੂੰ ਕੰਨਾਂ ਦਾ ਦੋਸ਼, ਉਹ ਮਾਰਿਆ ਜਾਂਦਾ। ਮੀਨ ਨੂੰ ਜੀਭ ਦਾ ਦੋਸ਼, ਉਹ ਕੁੰਡੀ ਲਾ ਕੇ ਪਕੜੀ ਜਾਂਦੀ ਹੈ। ਪਤੰਗ ਨੂੰ ਅੱਖਾਂ ਦਾ ਦੋਸ਼, ਇਹ ਰੋਸ਼ਨੀ ਕਰਕੇ ਅੱਗ 'ਤੇ ਸੜ ਮਾਰਦਾ ਹੈ। ਭੌਰਾ ਇਹ ਨਾਸਾਂ ਦਾ ਦੋਸ਼, ਸੁੰਘ ਕੇ ਇਹ ਕੁੰਡੇ ਵਿੱਚ ਬੰਨਿਆ ਜਾਂਦਾ ਹੈ। ਅਤੇ ਕੁੰਚਰ ਹੈ ਜਿਹੜੇ ਇਹਨੂੰ ਕਾਮ ਦਾ ਦੋਸ਼, ਇਹਨੂੰ ਲੱਕੜੀ ਦੀ ਹਾਥੀ ਬਣਾ ਕੇ, ਟੋਆ ਪੱਟ ਕੇ ਉੱਤੇ ਘਾਹ ਫੂਸ ਪਾ ਕੇ ਬਣਾ ਦਿੰਦੇ ਨੇ। ਟੋਏ ਦੇ ਵਿੱਚ ਆ ਕੇ ਡਿੱਗ ਪੈਂਦਾ, ਲੱਕੜੀ ਦੀ ਹਾਥੀ ਦੀ ਸਦਰੀ ਦੇ ਵਾਸਤੇ ਉਹ ਡਿੱਗ ਪੈਂਦਾ। ਅਤੇ ਇਹਨੂੰ ਭੁੱਖਾ ਰੱਖਦੇ ਨੇ, ਅੱਖਾਂ 'ਚ ਨੀਲਾ ਪੋਥਾ ਪਾ ਕੇ, ਕੁੰਡਾ ਲਾ ਕੇ, ਜਿਹੜੇ ਜਿਹੜੇ ਸਿਰ ਦੇ ਉੱਤੇ ਬੈਠਦੇ ਨੇ, ਸਾਰੀ ਉਮਰ ਵੱਡੀ ਵੱਡੀ ਤਾਕਤ ਦਾ ਮਾਲਕ ਮਹਾਂਪੁਰਖ ਦੇ। ਅਤੇ ਭਗਤ ਅਰਦਾਸ ਜੀ ਦੀ ਖੋਜ ਦੇਖੋ ਮਹਾਂਪੁਰਖਾਂ ਦੀ, ਕਹਿੰਦੇ ਭ੍ਰਿੰਗ ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਲ, ਇਹ ਲੋਕ ਵਿਨਾਸ, ਇਹ ਇੱਕ ਇੱਕ ਦੋਸ਼ ਕਰਕੇ ਮਾਰੇ ਗਏ। ਪੰਜ ਲੋਕ ਅਸਾਧ ਜਾ ਮੈਂ ਕਾਫੀ ਕੇਤਕਾਰ ਸਾਹਿਬ ਨੂੰ ਦੇ ਵਿੱਚ ਪੰਜੇ ਇਕੱਠੇ ਨੇ, ਕਾਫੀ ਕੇਤਕਾਰ ਤੂੰ ਕਿਉਂ ਬਣੇਗਾ, ਤੂੰ ਹੰਕਾਰੀ ਬਣਿਆ ਬਣਿਆ, ਕਦੇ ਜਾਤ ਦਾ ਅਪਮਾਨ, ਕਦੇ ਧਨ ਦਾ ਅਪਮਾਨ, ਕਦੇ ਉਹਦੇ ਦਾ ਅਪਮਾਨ, ਕਦੇ ਕਿਸੇ ਚੀਜ਼ ਦਾ ਅਪਮਾਨ, ਤੂੰ ਕਿਵੇਂ ਬਣੇਗਾ, ਤੇਰਾ ਬਜਾਰ ਦਾ ਕੋਈ ਜੀਤਾ ਹੈ। ਫਿਰ ਕਿਹਾ ਮਾਧੋ ਵਿਦਿਆ ਮਾਧੋ ਗੁਰੇਵ ਦੀ ਨਵੀਨ ਤੇ ਵਿਦਿਆ ਰੱਖੀ, ਅਸੀਂ ਹੇ ਮਾਧੋ ਵਾਹਿਗੁਰੂ, ਅਸੀਂ ਵਿਦਿਆ ਨਾਲ, ਨਸ਼ਿਆਂ ਨਾਲ, ਵਿਕਾਰਾਂ ਨਾਲ, ਔਗਣਾਂ ਨਾਲ ਪਿਆਰ ਕਰ ਲਿਆ, ਜਿਹਦੇ ਕਰਕੇ ਵਿਵੇਕ ਦਾ ਸੱਚ ਨੂੰ ਨਿਸਤਾਰਾ ਕਰਨ ਦਾ ਜਿਹੜਾ ਦੀਪਕ ਹੈ ਉਹ ਅਸੀਂ ਬੁਝਾ ਲਿਆ। ਸੋ ਭਗਤ ਅਰਦਾਸ ਸਾਡਾ ਪਾਤ ਜਿਹਨਾਂ ਨੇ ਉਹਨਾਂ ਦੇ ਦਰਸ਼ਨ ਕਰਕੇ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸਾਰੇ ਭਗਤਾਂ ਦੇ ਦਰਸ਼ਨ ਕਰਾਏ ਭਾਈ ਗੁਰਦਾਸ ਜੀ, ਉਹਨਾਂ ਨੇ ਬਾਣੀ ਚੜ੍ਹਾਈ ਹੈ। ਜਦੋਂ ਜਦੋਂ ਦਰਸ਼ਨ ਹੋਏ ਨੇ, ਫਿਰ ਉਹਨਾਂ ਨੇ ਬਾਰਾਂ ਵਿੱਚ, ਬਾਰਾਂ ਦੇ ਵਿੱਚੋਂ ਕਹਿੰਦੇ ਭਗਤ ਭਗਤ ਜਗ ਦਰਜਿਆ ਚੌਂ ਚੱਕਾਂ ਦੇ ਵਿੱਚ ਬੈਠਾ, ਜਿਹਨੂੰ ਦੁਨੀਆਂ ਨੀਵਾਂ ਸਮਝ ਕੇ ਧੱਕੇ ਦੇ ਕੇ ਬਾਹਰ ਕੱਢਦੀ ਸੀ, ਸਾਰੇ ਜਗਤ ਦੇ ਵਿੱਚ ਉਹਦਾ ਢੋਲ ਮੰਗਣ ਨਾ ਵੱਜਿਆ। ਜਿਹੜੇ ਬ੍ਰਾਹਮਣ ਨੇ ਉਹਨੂੰ ਘਰ ਦੇ ਵਿੱਚ ਵੜ, ਜਿਹੜੇ ਪਰਛਾਵਾਂ ਵੀ ਨਹੀਂ ਸੀ ਲੈਂਦੇ, ਬ੍ਰਾਹਮਣ ਕਹਿੰਦੇ ਆਚਾਰ ਸਾਹਿਬ ਮੈਨੂੰ ਡਿਡੌਤ ਕਰ ਕਰਕੇ ਹਰਦਾਨ ਮੰਗਦੇ ਨੇ, ਵੀ ਸਾਨੂੰ ਵਾਹਿਗੁਰੂ ਦੇ ਰੱਬ ਦਾ ਵਾਹਿਗੁਰੂ ਦੇ ਦਾਤ ਦਾ ਰਸਤਾ ਦੱਸ। ਸੋ ਇਸ ਕਰਕੇ ਏਡਾ ਵੱਡਾ ਦਾਨ ਹੈ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਪ੍ਰਾਪਤ ਹੁੰਦਾ ਹੈ। ਜੇ ਅੱਜ ਵੀ ਕੋਈ ਜਾਤ ਪਾਤ ਦਾ ਅਪਮਾਨ ਕਰਕੇ ਕਿਸੇ ਦੇ ਵਿਚਾਰ ਹੰਕਾਰੀ ਹੋ ਕੇ ਜਾਤੀ ਪਾਲ ਬਣਦਾ ਹੈ ਨਾ, ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕਣਾ। ਜੇ ਮੱਥਾ ਵੀ ਟੇਕਦਾ ਤੇ ਜਾਤ ਦਾ ਅਪਮਾਨ ਵੀ ਰੱਖਦਾ, ਫਿਰ ਉਹ ਗੁਰੂ ਨਿੰਦਾ ਦਾ ਦੁੱਧ ਨਹੀਂ ਬਣ ਜਾਂਦਾ, ਗੁਰੂ ਤੋਂ ਉਹਨੂੰ ਕੁਛ ਪ੍ਰਾਪਤ ਹੋ ਕੀ ਨਹੀਂ ਸਕਦਾ। ਇਸ ਕਰਕੇ ਦਇਆ ਕਰਦੇ ਨੇ ਯਾਰਾ ਸਮੇਂ ਮਗਰ ਹੋ ਕਿਰਪਾ ਤੇ ਮਹਾਂ ਵਿਗਿਆ ਤੇ ਤੌਰ ਮਹਾਂ ਵਿਗਿਆ ਮਹਾਂਬਲੀ ਹਨ ਜਿਹੜੇ ਉਹਨਾਂ ਦੀ ਚੜਾਈ ਹੋਈ ਜਹਿਰ, ਉਹਨਾਂ ਤੋਂ ਗੁਰੂ ਦੀ ਕਿਰਪਾ ਹੀ ਬਚਾ ਸਕਦੀ ਹੈ। ਆਇਓ ਸ਼ਰਨ ਨੀਂਦ ਨੂੰ ਪੰਜਨ ਜਿਤ ਮੌਤ ਲਈ ਹੋ, ਹੇ ਦੀਨਾਂ ਦੇ ਹੇ ਦੀਨ ਦੀਨਾਂ ਦੇ ਉੱਤੇ ਦਇਆ ਕਰਨ ਵਾਲੇ, ਦੁੱਖਾਂ ਨੂੰ ਭੰਨਣ ਵਾਲੇ, ਮੈਂ ਤੇਰਾ ਆਸਰਾ ਚੁੱਕਦਾ ਹਾਂ, ਮੈਂ ਤੇਰੇ ਉਹ ਆਸਰੇ ਨਾਲ ਜਿਉਂਦਾ ਹਾਂ, ਤੇਰੀ ਸ਼ਰਨ ਦੇ ਵਿੱਚ ਆਇਆ ਹਾਂ। ਅਭੈ ਪਦ ਦਾਨ ਮੇਰੇ ਉੱਤੇ ਇਹ ਕਿਰਪਾ ਕਰ, ਮੈਨੂੰ ਅਭੈ ਪਦ ਪ੍ਰਾਪਤ ਹੋ, ਮੈਨੂੰ ਦਾਨ ਦੇ ਅਭੈ ਨਿਰਭਉ ਹੋਣ ਦਾ, ਕਿ ਮੈਨੂੰ ਕਾਮ ਕ੍ਰੋਧ ਲੋਭ ਮੋਹ ਵਿਕਾਰ ਤੋਂ, ਨਾ ਸਮਾਜ ਤੋਂ, ਨਾ ਸਰਕਾਰ ਤੋਂ, ਨਾ ਜਨ ਤੋਂ, ਮੈਨੂੰ ਕਿਸੇ ਕਿਸਮ ਦਾ ਡਰ ਨਾ ਰਹੇ।
ਇਹ ਮੈਨੂੰ ਦਾਨ ਬਖਸ਼ੇ ਅਤੇ ਨਾਲ ਹੀ ਮੈਨੂੰ ਆਪਣੇ ਚਰਨਾਂ ਦੇ ਕਮਲਾਂ ਦਾ ਸਿਮਰਨ ਬਖਸ਼ ਮੈਨੂੰ ਦਾਨ ਬਖਸ਼ ਦਾਨ ਬਖਸ਼ ਕੇ ਕਿਤੇ ਮੈਂ ਹੰਕਾਰੀ ਨਾ ਹੋ ਜਾਵਾਂ ਮੈਨੂੰ ਆਪਣੇ ਚਰਨਾਂ ਕਮਲਾਂ ਦਾ ਸਿਮਰਨ ਵੀ ਬਖਸ਼ੀ ਸਦਾ ਤੇਰੀ ਯਾਦ ਦੇ ਵਿੱਚ ਮੈਂ ਜੁੜਿਆ ਰਹਾਂ ਅਪੈ ਭਗਦਾਨ ਸਿਮਰਨ ਸਵਾਮੀ ਕੋ ਪ੍ਰਭ ਨਾਮ ਹੇ ਪ੍ਰਭੂ ਮੈਨੂੰ ਬੰਧਨਾ ਤੋਂ ਮੇਰਾ ਛੁਟਕਾਰਾ ਕਰੀ ਮੈਨੂੰ ਜਨਮ ਮਰਨ ਦੇ ਬੰਧਨਾਂ ਤੋਂ ਸੰਗਲਾਂ ਤੋਂ ਬਚਾ ਕੇ ਸੋ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਅਮਰਤਮਈ ਦਾਨ ਸਾਨੂੰ ਬਖਸ਼ਿਸ਼ ਕੀਤਾ ਉਪਦੇਸ਼ ਦਾ ਇਹ ਸਾਡੇ ਹਿਰਦੇ ਅੰਦਰ ਵਸੇ ਅਤੇ ਗੁਰੂ ਸਾਹਿਬ ਜੀ ਇਸ ਉਪਦੇਸ਼ ਨੂੰ ਕਮਾਉਣ ਲਈ ਸਾਨੂੰ ਬਲਬੁੱਧ ਬਖਸ਼ਣ ਕਿਰਪਾ ਕਰਨ ਅਤੇ ਜਿੰਨੇ ਆਪਾਂ ਹਾਜ਼ਰ ਹੋਏ ਹਾਂ ਗੁਰੂ ਚਰਨਾਂ ਦੇ ਵਿੱਚ ਸਾਨੂੰ ਵੀ ਦਇਆ ਹੋਇਆ ਕਰ ਸਭਨਾਂ ਨੇ ਹਾਜ਼ਰੀ ਪ੍ਰਦਾਨ ਕਰਨ ਅਤੇ ਦਾਸ ਜੀ ਤੋਂ ਲੱਗ ਕੇ ਜੋਗੀ ਸੇਵਾ ਕਰ ਦੇਣੀ ਆ ਜੀ ਆਓ ਪਤੇ ਬੁਲਾ ਕੇ ਆਸ ਰੱਖੀ ਗੁਰੂ ਚਰਨਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪੇਗਾ।